ਤਾਂ ਬੇਹੱਦ ਮੰਦਭਾਗਾ ਹਾਦਸਾ ਹੋਇਆ ਏ। ਤਸਵੀਰਾਂ ਦੇ ਵਿੱਚ ਇੱਕ ਚਿੱਟੀ ਸਵਿਫਟ ਦਿਖ ਰਹੀ ਹੋਣੀ ਆ। ਇਸ ਸਵਿਫਟ ਦੇ ਵਿੱਚ ਇੱਕ ਮੁੰਡਾ ਆਪਣੀ ਮੰਗੇਤਰ ਨੂੰ ਲੈ ਕੇ ਘੁੰਮਣ ਚੱਲਿਆ ਸੀ। ਰਾਹ ਦੇ ਵਿੱਚ ਤੇਜ਼ ਰਫ਼ਤਾਰ PRTC ਆਉਂਦੀ ਹੈ, ਟੱਕਰ ਵੱਜਦੀ ਹੈ ਅਤੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਦਰਅਸਲ ਦੋਹਾਂ ਦਾ ਥੋੜ੍ਹੇ ਦਿਨਾਂ ਨੂੰ ਵਿਆਹ ਧਰਿਆ ਸੀ। ਦੋਨੇ ਘੁੰਮਣ ਫਿਰਨ ਦੇ ਲਈ, ਆਪਣੀ ਨਜ਼ਦੀਕੀਆਂ ਵਧਾਉਣ ਦੇ ਲਈ ਘਰੋਂ ਬਾਹਰ ਨਿਕਲੇ, ਗੱਡੀ ਦੇ ਵਿੱਚ ਜਾ ਰਹੇ ਸੀ ਤਾਂ ਰਾਹ ਦੇ ਵਿੱਚ PRTC ਦੀ ਬੱਸ ਨੇ ਆ ਕੇ ਟੱਕਰ ਮਾਰੀ, ਜਿਸ ਤੋਂ ਬਾਅਦ ਗੱਡੀ ਦੇ ਪਰਖੱਚੇ ਉੜ ਗਏ ਅਤੇ ਦੋ ਘਰਾਂ ਦੇ ਵਿੱਚ ਖੁਸ਼ੀ ਦੀ ਥਾਂ ਮਾਤਮ ਪਸਰ ਗਿਆ। ਦਰਅਸਲ ਪਾਤੜਾ ਸੜਕ ਦੇ ਪਿੰਡ ਦੇਦਨਾ ਨੇੜੇ PRTC ਅਤੇ ਕਾਰ ਦੀ ਆਮੋ ਸਾਹਮਣੀ ਟੱਕਰ ਹੋਈ ਹੈ, ਜਿਸ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਉਸਦੀ ਮੰਗੇਤਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਜਾ ਰਹੀ ਹੈ, ਜਿਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਤਾਂ ਮਵੀ ਕਲਾਂ ਨੇੜੇ ਇਹ ਹਾਦਸਾ ਹੋਇਆ। ਟਰੱਕ ਦੀ ਟੱਕਰ ਇੱਕ ਵਿਅਕਤੀ ਦੇ ਨਾਲ ਹੁੰਦੀ ਹੈ, ਜਿਸ ਦੇ ਕਾਰਨ ਉਹ ਜ਼ਖਮੀ ਹੋ ਜਾਂਦਾ ਹੈ। ਤਾਂ ਦੋ ਮਾਮਲੇ ਤੁਹਾਨੂੰ ਦਿਖਾ ਰਹੇ ਹਾਂ। ਇੱਕ ਦੇ ਵਿੱਚ ਇੱਕ ਜਿਹੜੇ ਮੰਗੇਤਰ ਹੈ ਉਹ ਵਿਆਹ ਤੋਂ ਪਹਿਲਾਂ ਹੀ ਉਸਨੂੰ ਆਪਣੇ ਸਾਥੀ ਨੂੰ ਗਵਾਉਣਾ ਪਿਆ ਇਸ ਹਾਦਸੇ ਦੇ ਵਿੱਚ। ਆਓ ਪੁਲਿਸ ਦਾ ਕੀ ਕਹਿਣਾ ਤੇ ਮੌਕੇ ਤੇ ਪੱਤਰਕਾਰ ਭਾਈਚਾਰਾ ਕੀ ਕਹਿੰਦਾ ਜਾਣਦੇ। ਇਹਦੇ ਵਿੱਚ ਪਹਿਲਾਂ ਤਾਂ ਲੜਕੀ ਹੈ ਜੀ ਪੂਜਾ, ਪੂਜਾ ਆਈ ਹੈ ਪਹਿਲਾਂ ਤਾਂ, ਜਿਹੜੀ ਕਾਫੀ ਸੀਰੀਅਸ ਸੀਗੀ, ਹੈੱਡ ਇੰਜਰੀ ਨਾਲ ਸੀ, ਉਹਨੂੰ ਅਸੀਂ ਰੈਫਰ ਕਰਨਾ ਪਿਆ ਸਾਨੂੰ ਫਿਰ ਪਟਿਆਲੇ, ਵੀ ਜ਼ਿਆਦਾ ਸੀਰੀਅਸ ਸੀਗੀ। ਅਤੇ ਉਸ ਤੋਂ ਬਾਅਦ ਆਇਆ ਹੈ ਇੱਕ ਲੜਕਾ ਹੈ ਜਿਹਦਾ ਨਾਮ ਸੀਗਾ ਪ੍ਰਦੀਪ, ਇਹ ਬਰੋਡ ਡੈਡ ਸੀਗਾ ਜੀ। ਇਹ ਘੱਗੇ ਅਤੇ ਕੋਲ ਟਾਇਰ ਫੈਕਟਰੀ ਕੋਲ ਕੋਈ ਐਕਸੀਡੈਂਟ ਹੋਇਆ ਇਹਨਾਂ ਦਾ, ਉੱਥੋਂ ਇਹ ਆਏ ਸੀਗੇ। ਇਹਦੇ ਪ੍ਰਦੀਪ ਸਿੰਘ ਡੈਡ ਹੈ ਜੀ। ਉਮਰ ਕਿੰਨੀ ਕੁ ਨੇ ਅਬਾਊਟ ਇਹਦੀ? ਇਹਦੀ ਹੈਗੀ ਜੀ 30 ਸਾਲ ਦੇ ਨੇੜੇ ਤੇੜੇ ਤੇ ਹੈਗੀ ਹੈ। ਇੱਕ ਕਾਰ ਤੇ ਬੱਸ ਦੀ ਟੱਕਰ ਹੋਈ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ, ਜਿਸ ਦਾ ਕਿ ਅਭੀ ਕੁਝ ਦਿਨ ਬਾਅਦ ਵਿਆਹ ਹੋਣਾ ਹੈ ਨਾ, ਕੁਝ ਦਿਨ ਬਾਅਦ ਵਿਆਹ ਹੋਣਾ। ਕੀ ਨਾਮ ਤੁਹਾਡਾ? ਮੇਰਾ ਨਾਮ ਰਾਜ ਸਿੰਘ ਹੈ ਜੀ। ਰਾਜ ਸਿੰਘ ਜੀ, ਇਹ ਕਾਸਤੇ ਜਾ ਰਹੇ ਤੁਹਾਡੇ ਜਰੇ ਕੀ ਲੱਗਦੇ ਆ? ਇਹ ਮੇਰੀ ਭੈਣ ਸੀ, ਸਿਸਟਰ ਮੇਰੀ। ਤੇਰੀ ਸਿਸਟਰ? ਹਾਂਜੀ, ਤੇ ਸਿਸਟਰ ਦਾ ਮੰਗੇਤਰ ਸੀ ਜੀ। ਅੱਛਾ, ਇਹ ਕਿੱਥੇ ਰਹਿਣ ਵਾਲੇ ਸੀ? ਇਹ ਸਿਸਟਰ ਛਤਰਾਣੇ ਦੀ, ਛਤਰਾਣਾ ਪਿੰਡ ਹੈ ਮੇਰਾ ਜੀ। ਤੇ ਲੜਕਾ ਸੀ ਜਿਹੜਾ ਆਈ ਭਵਾਨੀਗੜ੍ਹ, ਕਪਿਆਲ, ਕਪਿਆਲ ਪਿੰਡ ਪੈਂਦੇ ਜੀ। ਹਾਂਜੀ, ਭਵਾਨੀਗੜ੍ਹ ਲਵੀ। ਇਹ ਕਿੱਧਰੋਂ ਆ ਰਹੀ ਸੀ? ਪਟਿਆਲੇ ਤੋਂ? ਇਹ ਸਮਾਣੇ ਵਾਲੀ ਸਾਈਡ ਤੋਂ ਆ ਰਹੇ ਸੀ, ਪਾਤੜਾ ਨੂੰ। ਸਮਾਣ ਪਾਤੜਾ ਜਾ ਰਹੇ ਸੀ? ਹਾਂਜੀ ਹਾਂਜੀ। ਤੇ ਪਤਾ ਲੱਗ ਕਿਸ ਚੀਜ਼ ਕੇ ਐਕਸੀਡੈਂਟ ਹੋਇਆ? ਕਾਸ 'ਚ ਸੀ ਇਹ ਗੱਡੀ 'ਚ ਦਿਖੇ ਜੀ, ਮਰੂਤੀ ਗੱਡੀ, ਮਰੂਤੀ ਕਾਰ 'ਚ। ਹਾਂਜੀ। ਔਰ ਉਧਰੋਂ ਕੀ ਆ ਰਿਹਾ ਸੀ? PRTC ਬੱਸ ਸੀ ਉਹਦੇ ਨਾਲ। ਹਾਂਜੀ। ਤੇ ਇਹ ਤੁਹਾਡੇ ਜਿਹੜਾ ਪ੍ਰਾਹੁਣਾ ਹੈ? ਹਾਂਜੀ। ਉਸ ਦੀ ਡੈਥ ਉੱਥੇ ਮੌਕੇ ਤੋਂ ਹੋ ਗਈ? ਆਹੀ ਮੌਕੇ ਤੇ ਹੀ ਕਹਿੰਦੇ ਨੇ ਜੀ, ਅਸੀਂ ਤਾਂ ਅਜੇ ਤੱਕ ਦੇਖਿਆ ਵੀ ਨਹੀਂ, ਅਸੀਂ ਦੇਖ ਕੇ ਬਸ ਇਹ ਨਾਲ ਦੇ ਨਾਲ ਹਸਪੀਟਲ ਆ ਗਏ ਜੀ। ਪ੍ਰਦੀਪ ਕੁਮਾਰ ਜੀ, ਪ੍ਰਦੀਪ ਸਿੰਘ। ਹਾਂਜੀ। ਹੋਰ ਕੋਈ ਨਾਲ ਤੁਹਾਡੇ ਆਇਆ ਕੋਈ? ਨਾਲ ਬਸ ਆ ਚਾਚੇ ਤਾਏ ਨੇ ਜੀ।